ਇਸ ਵਾਰ ਐਡਮਿਸ਼ਨਾਂ ਦਾ ਤੁਸੀਂ ਜੇ ਚੈੱਕ ਕਰੋ, ਇਸ ਵਾਰ ਪੰਜਾਬ ਦੇ ਕਾਲਜਾਂ 'ਚ ਯੂਨੀਵਰਸਿਟੀਆਂ 'ਚ ਐਡਮਿਸ਼ਨਾਂ ਦਾ ਬੂਮ ਆਇਆ ਹੋਇਆ। ਪਹਿਲਾਂ ਜਿਹੜੇ ਕਾਲਜ 33% ਸਿਰਫ ਐਡਮਿਸ਼ਨ ਹੁੰਦੀ ਸੀ, ਅੱਜ ਉਹ ਕਹਿੰਦੇ ਜੀ ਸਾਡੇ ਕੋਲ ਸੀਟੀ ਹੈ ਨਹੀਂ, ਹੁਣ ਇੰਨੇ ਜ਼ਿਆਦਾ ਸਾਡੇ ਕੋਲ ਬੱਚੇ ਆ ਰਹੇ ਨੇ। ਵਧੀਆ ਗੱਲ ਹੈ, ਰੌਣਕਾਂ ਮੁੜੀਆਂ ਹੀ ਆ ਪੰਜਾਬ ਦੇ ਕਾਲਜਾਂ 'ਚ, ਪੰਜਾਬ ਦੇ ਯੂਨੀਵਰਸਿਟੀਆਂ 'ਚ, ਔਰ ਬੱਚੇ ਪੜ੍ਹ ਰਹੇ ਨੇ ਤਾਂ ਉਹਨਾਂ ਨੂੰ ਨਾਲ ਨਾਲ ਨੌਕਰੀਆਂ ਵੀ ਮਿਲ ਰਹੀਆਂ ਨੇ। ਸੋ ਸਾਡੇ ਲਈ ਬਹੁਤ ਅੱਛੀ ਗੱਲ ਹੈ ਕਿ ਐਡਮਿਸ਼ਨਾਂ ਦਾ ਬੂਮ ਹੈ ਅਤੇ ਕੋਈ ਵੀ ਕਾਲਜ ਇਹੋ ਜਿਹਾ ਨਹੀਂ ਹੁਣ ਸਾਡੇ ਕੋਲ, ਮਤਲਬ ਸਰਕਾਰੀ ਵੀ ਅਤੇ ਪ੍ਰਾਈਵੇਟ ਦੀ ਐਡਮਿਸ਼ਨ ਦਵਾਉਣ ਦੀਆਂ ਸਿਫਾਰਿਸ਼ਾਂ ਵਾਸਤੇ ਫੋਨ ਆਉਂਦੇ ਨੇ। ਅਸੀਂ ਕਿਹਾ ਜੀ ਮੈਰਿਟ, ਇਹ ਤਾਂ ਮੈਰਿਟ ਦੇ ਆਧਾਰ 'ਤੇ ਹੋਊਗਾ। ਸੋ ਬੜਾ ਅੱਛੇ ਤਰੀਕੇ ਨਾਲ ਜੇ ਬੱਚੇ ਪੜ੍ਹਾਈ ਵੱਲ ਜਾ ਰਹੇ ਨੇ ਅਤੇ ਪੜ੍ਹਾਈ ਦਾ ਉਹਨਾਂ ਨੂੰ ਉਹਨਾਂ ਦੀ ਸਰਟੀਫਿਕੇਟ ਮੁਤਾਬਕ ਇੱਥੇ ਮੁੱਲ ਵੀ ਪਵੇ, ਨੌਕਰੀ ਮਿਲੇ, ਤਾਂ ਆਹ ਜਿਹੜੀਆਂ ਬੁਰੀਆਂ ਸੰਗਤਾਂ ਨੇ ਇਹਨਾਂ ਤੋਂ ਬਚਾਂਗੇ। ਫਾਇਰ ਬ੍ਰਿਗੇਡ ਦੇ ਵਿੱਚ ਪਹਿਲੀ ਵਾਰ ਹੋਊਗਾ, ਅਸੀਂ ਕਾਨੂੰਨ ਥੋੜ੍ਹੇ ਜਿਹੇ ਬਦਲੇ ਨੇ, ਪਹਿਲਾਂ ਸਖ਼ਤ ਸੀਗੇ ਉਹਦੇ ਕਰਕੇ ਕੁੜੀਆਂ ਨਹੀਂ ਆ ਸਕਦੀਆਂ ਸੀ, ਹੁਣ ਅਸੀਂ ਕਾਨੂੰਨ ਥੋੜ੍ਹੇ ਜਿਹੇ ਨਰਮ ਕਰਕੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਖਬਰ ਮਿਲ ਜੂਗੀ। ਪੰਜਾਬ ਪਹਿਲਾ ਸੂਬਾ ਹੋਊਗਾ ਜਿਹਦੇ 'ਚ ਫਾਇਰ ਬ੍ਰਿਗੇਡ ਦੇ ਵਿੱਚ ਵੀ ਸਾਡੀਆਂ ਧੀਆਂ ਅਤੇ ਸਾਡੀਆਂ ਕੁੜੀਆਂ ਜਿਹੜੀਆਂ ਨੇ ਉਹ ਕੰਮ ਕਰਨਗੀਆਂ। ਫਾਇਰ ਬ੍ਰਿਗੇਡ ਦੇ ਵਿੱਚ ਦੇਸ਼ 'ਚ ਕਿਤੇ ਵੀ ਕੁੜੀਆਂ ਨਹੀਂ ਹੈਗੀਆਂ, ਕਿਉਂਕਿ ਰੂਲ ਥੋੜ੍ਹੇ ਜਿਹੇ ਔਖੇ ਕਰ ਰੱਖੇ ਸੀ, ਅੱਜ ਕੱਲ੍ਹ ਜ਼ਮਾਨਾ ਬਦਲ ਗਿਆ। ਵਾਅਦਾ ਕੀਤਾ ਸੀ, ਅਰਵਿੰਦ ਕੇਜਰੀਵਾਲ ਜੀ ਨਾਲ ਹੁੰਦੇ ਸੀ, ਗਰੰਟੀ ਦਿੱਤੀ ਸੀ ਬਿਜਲੀ ਫ੍ਰੀ ਕਰ ਦਾਂਗੇ। ਵਿਰੋਧੀ ਪਾਰਟੀਆਂ ਕੀ ਕਹਿੰਦੀਆਂ ਸੀ, ਲੈ ਐਵੇਂ ਮਰ ਜਾਂਦੇ ਆ, ਪੈਸੇ ਕਿੱਥੋਂ ਆਉਣਗੇ। ਆਉਣ ਸਾਰ ਮਾਰਚ ਦੇ ਵਿੱਚ ਆਪਾਂ ਸਹੁੰ ਚੁੱਕੀ, 1 ਜੁਲਾਈ ਤੋਂ ਫੈਸਲਾ ਕਰ ਲਿਆ ਕਿ 1 ਜੁਲਾਈ ਤੋਂ ਬਾਅਦ ਬਿਜਲੀ ਫ੍ਰੀ, 600 ਯੂਨਿਟ ਟੋਟਲ ਫ੍ਰੀ 2 ਮਹੀਨਿਆਂ ਦਾ ਬਿੱਲ ਆਉਂਦਾ ਹੈ। ਅੱਜ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਤੁਹਾਡੇ ਵੀ ਬਹੁਤ ਸਾਰੇ ਘਰਾਂ 'ਚ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੋਣਾ, ਪੈਸੇ ਵੀ ਹੈਗੇ, ਬਿਜਲੀ ਬੋਲ ਨੂੰ ਵੀ ਘਾਟਾ ਨਹੀਂ ਪੈਣ ਦਿੱਤਾ ਅਤੇ ਲੋਕਾਂ ਨੂੰ ਵੀ ਬਿੱਲ ਨਹੀਂ ਆਇਆ। ਜੇ ਪਲੈਨਿੰਗ ਬਣਾਉਣੀ ਹੋਵੇ ਨਾ ਸੱਚੀ ਨੀਅਤ ਨਾਲ ਤਾਂ ਬਣ ਸਕਦੀ ਹੈ। ਤਾਂ ਅੱਜ ਮੈਨੂੰ ਦੂਜੇ ਸੂਬਿਆਂ ਦੀਆਂ ਸਰਕਾਰਾਂ ਪੁੱਛਦੀਆਂ ਨੇ, ਇਹ ਕੈਸੇ ਕੀ ਆ, ਮੈਂ ਕਿਹਾ ਆ ਜਾਓ ਕਦੇ ਸਮਝਾ ਦਾਂਗੇ ਕੈਸੇ ਕੀ ਆ, ਨੀਅਤ ਚਾਹੀਦੀ ਹੈ ਬਸ। ਫਿਰ ਖੇਤਾਂ ਵਾਲੀ ਬਿਜਲੀ 8 ਘੰਟੇ ਆਉਂਦੀ ਸੀ, ਉਹ ਵੀ ਟੁੱਟਵੀਂ, 2 ਘੰਟੇ ਆ ਗਈ, ਘੰਟੇ ਦਾ ਕੱਟ, ਫਿਰ 1.5 ਘੰਟਾ ਆ ਗਈ, ਘੰਟੇ ਦਾ ਕੱਟ। ਉਹ ਮੈਂ ਉਹਨਾਂ ਨੂੰ ਕਿਹਾ ਅਫਸਰਾਂ ਨੂੰ, ਉਹ ਮੈਂ ਕਿਹਾ ਤੁਹਾਨੂੰ ਕਿਹਨੇ ਕਹਿਤਾ ਹੋਵੇ 8 ਘੰਟਿਆਂ 'ਚ ਝੋਨਾ, ਜੀਰੀ ਕਹਿ ਦਿੰਦੇ ਸਾਡੇ ਇਲਾਕੇ 'ਚ, ਵੀ ਉਹਨੂੰ ਪਾਣੀ ਲੱਗ ਜਾਂਦਾ, ਇਹ ਤੁਹਾਨੂੰ ਕਿਵੇਂ ਬਣਾਤਾ ਰੂਲ। ਕਹਿੰਦੇ ਜੀ ਸੈਕਟਰੀ ਲੈਵਲ ਪਰ ਮੀਟਿੰਗ ਹੋਈ ਸੀ, ਉਸਮੇ ਫੈਸਲਾ ਕੀਆ ਗਿਆ। ਮੈਂ ਕਿਹਾ ਕਦੇ ਨਾਕਾ ਲੈਵਲ 'ਤੇ ਮੀਟਿੰਗ ਹੋਈ ਹੈ? ਕਹਿੰਦੇ ਜੀ ਇਹ ਕਿਆ ਹੋਤਾ ਹੈ ਨਾਕਾ ਲੈਵਲ। ਮੈਂ ਕਿਹਾ ਨਾਕਾ ਨਹੀਂ ਨੱਕਾ। ਕਹਿੰਦੇ ਇਹ ਨਾਕਾ ਕਿਆ ਹੋਤਾ ਸਰ? ਮੈਂ ਕਿਹਾ ਨੱਕਾ ਹੁੰਦਾ ਜਦੋਂ ਖਾਲ ਚੋਂ ਕਿਆਰੇ ਨੂੰ ਪਾਣੀ ਜਾਂਦਾ, ਜਿਹੜਾ ਮੂਹਰੇ ਲੱਗਦਾ ਉਹਨੂੰ ਨੱਕਾ ਕਹਿੰਦੇ ਆ। ਮੈਂ ਕਦੇ ਉੱਥੇ ਬੈਠ ਕੇ ਮੀਟਿੰਗ ਕੀਤੀ ਹੈ? ਕਹਿੰਦੇ ਨਹੀਂ। ਮੈਂ ਕੋਈ ਗੱਲ ਨਹੀਂ, ਤੁਹਾਨੂੰ ਕਦੇ ਨੱਕੇ 'ਤੇ ਵੀ ਲੈ ਕੇ ਜਾਵਾਂਗੇ। ਮੈਂ ਕਿਹਾ ਤੁਸੀਂ ਚੁੱਪ ਕਰਕੇ ਬਿਜਲੀ 12 ਘੰਟੇ ਦੇ ਦਿਓ ਲਗਾਤਾਰ, ਕੋਈ ਵੀ ਕੱਟ ਨਹੀਂ ਲਾਉਣਾ ਵਿੱਚ, ਨਹੀਂ ਤਾਂ ਖਾਲ ਮਰ ਜੂਗਾ, ਫਿਰ ਉਸੇ ਕਿਆਰੇ 'ਚ ਛੱਡਣਾ ਪਊਗਾ, ਫਿਰ ਉਸੇ ਕਿਆਰੇ 'ਚ। ਮੈਂ ਕਿਹਾ ਕੋਈ ਕਿਸਾਨ ਕਮਲਾ ਨਹੀਂ ਹੈਗਾ ਵੀ ਆਪਦੀਆਂ ਪੱਟਾਂ ਤੋੜ ਲਏ ਵੀ ਬਿਜਲੀ ਹੈਗੀ ਆ, ਪਾਣੀ ਲਾਈ ਜਾਂਦੇ ਆ। ਜਦੋਂ ਉਹਨੂੰ ਇਹ ਪਤਾ ਲੱਗਿਆ ਕੱਲ੍ਹ ਨੂੰ ਵੀ ਇੰਨੀ ਆਊਗੀ, ਉਹ 8 ਨਹੀਂ ਤਾਂ 9 ਨਹੀਂ ਤਾਂ 9.5 ਘੰਟਿਆਂ 'ਚ ਬੰਦ ਕਰ ਦੂਗਾ। ਉਹ ਲੋਕ ਮੋਟਰਾਂ ਬੰਦ ਕਰਨ ਲੱਗ ਗਏ। ਮੈਂ ਇੱਧਰੋਂ ਕਹਿਤਾ ਕਿ ਮੇਰਾ ਵਾਅਦਾ ਹੈ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ। ਵਿਰੋਧੀ ਪਾਰਟੀ ਵਾਲੇ ਕਹਿੰਦੇ ਲੈ ਐਵੇਂ ਕਹਿਤਾ, ਅਤੇ ਅੱਜ ਹੁੰਦਾ ਜਾਂ ਨਹੀਂ ਹੁੰਦਾ? ਇਹ ਮੋਟਰ ਬੰਦ ਕਰਕੇ ਝੋਨੇ ਲੱਗ ਰਹੇ ਨੇ ਨਾ, ਅਤੇ ਨਾਲੇ ਬਿਜਲੀ ਦਿਨੇ ਆ ਰਹੀ ਹੈ ਨਾ। ਉਹ ਮੈਂ ਕਿਹਾ ਦੁਨੀਆ ਭਰ ਦੇ ਦਫ਼ਤਰ ਦਿਨੇ ਲੱਗਦੇ ਨੇ, ਉਹ ਕਿਸਾਨ ਦਾ ਦਫ਼ਤਰ ਰਾਤ ਦੇ 2 ਵਜੇ ਕਿਉਂ ਲਾਉਂਦੇ ਹੋ ਵੀ ਰਾਤ ਦੇ 2 ਵਜੇ ਬਿਜਲੀ ਆਊ? ਨਾ ਪਹਿਲਾਂ ਸੌਂ ਸਕਦਾ ਨਾ ਬਾਅਦ 'ਚ ਸੌਂ ਸਕਦਾ। ਦਿਨੇ ਬਿਜਲੀ ਆਉਂਦੀ ਹੈ, ਆਮ ਬਿਜਲੀ ਆਉਂਦੀ,
ਥਰਮਲ ਪਲਾਂਟ ਖਰੀਦ ਲਿਆ ਜੀ ਸ਼੍ਰੀ ਗੋਬਿੰਦ ਸਾਹਿਬ ਦਾ 540 ਮੈਗਾਵਾਟ ਦਾ। ਨਹੀਂ ਤਾਂ ਸਰਕਾਰਾਂ ਵੇਚਦੀਆਂ ਹੁੰਦੀਆਂ ਨੇ ਸਮਾਨ ਆਪਣਾ, ਆਪਾਂ ਖਰੀਦਦੇ ਹਾਂ। ਇਹ ਨੀਅਤ ਦਾ ਫਰਕ ਹੈ ਜੀ। ਇਹ ਤਾਂ ਘੱਟੋ ਘੱਟ ਤੁਸੀਂ ਹਿੱਕ ਤਾਣ ਕੇ ਕਹਿ ਸਕਦੇ ਹੋ ਨਾ ਲੋਕਾਂ ਨੂੰ ਜਾਂ ਵਿਰੋਧੀ ਪਾਰਟੀਆਂ ਨੂੰ, ਕਿਉਂ ਕਿਵੇਂ ਸਾਡੇ ਵਾਲੇ ਕਿਵੇਂ ਕਰਦੇ ਕੰਮ, ਦੇਖ ਲਓ। ਇਸ ਗੱਲ 'ਤੇ ਮਾਣ ਮਹਿਸੂਸ ਕਰ ਸਕਦੇ। ਦੇਸ਼ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਕੋਈ ਪ੍ਰਾਈਵੇਟ ਘਾਟੇ ਵਾਲਾ ਜਿਹੜਾ ਸੰਸਥਾ ਉਹ ਖਰੀਦੀ ਹੈ ਅਤੇ ਬਾਅਦ 'ਚ ਵਾਧੇ 'ਚ ਕਰ ਲਿਆ। ਉਹ ਕੋਲਾ ਆਪਣੇ ਕੋਲ ਆਮ ਹੋ ਗਿਆ।